ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫੁਗਵਾੜਾ ਦੇ ਮੁਹੱਲਾ ਭਗਤਪੁਰਾ ਗਲੀ ਨੰਬਰ 2 ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਕਿਰਾਏ ਤੇ ਰਹਿ ਰਹੇ ਪਰਿਵਾਰ ਦੇ ਉੱਪਰ ਸਵੇਰੇ 5 ਵਜੇ ਦੇ ਕਰੀਬ ਛੱਤ ਡਿੱਗ ਪਈ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਨੂੰ ਜਲੰਧਰ ਵਿਖੇ ਰੈਫਰ ਕੀਤਾ ਗਿਆ ਹੈ। ਗੌਰ ਕਰਨ ਵਾਲੀ ਗੱਲ ਇੱਥੇ ਇਹ ਰਹੀ ਹੈ ਕਿ ਉਂਝ ਤਾਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਕਿ ਅਸੀਂ ਬਾਲੇ ਵਾਲੀਆਂ ਛੱਤਾਂ ਵਾਲੇ ਗਰੀਬ ਪਰਿਵਾਰਾਂ ਨੂੰ ਗਰਾਂਟਾਂ ਦੇਵਾਂਗੇ, ਪਰ ਇੱਥੇ ਸਰਕਾਰ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਮੁਹੱਲਾ ਭਗਤਪੁਰਾ ਵਿਖੇ 12 ਦੇ ਕਰੀਬ ਘਰ ਅਜਿਹੇ ਹਨ ਜਿਨ੍ਹਾਂ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਉਹਨਾਂ ਗਰੀਬ ਪਰਿਵਾਰਾਂ ਦਾ ਕਹਿਣਾ ਹੈ ਕਿ ਡਰਾਉਂਦੇ ਹਨ ਤੇ ਫੋਟੋਆਂ ਖਿਚਵਾ ਕੇ ਚਲੇ ਜਾਂਦੇ ਹਨ, ਪਰ ਕੋਈ ਸੁਣਵਾਈ ਨਹੀਂ ਕਰਦਾ। ਉਹਨਾਂ ਪਰਿਵਾਰਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਬਾਲਿਆਂ ਵਾਲੀਆਂ ਛੱਤਾਂ ਦੇ ਫਾਰਮ ਭਰੇ ਨੂੰ 2 ਸਾਲ ਹੋ ਗਏ ਹਨ, ਪਰ ਕੋਈ ਵੀ ਸਾਡੀ ਸਾਰ ਨਹੀਂ ਲੈਣ ਆਉਂਦਾ। ਤੁਸੀਂ ਕਿੱਥੇ ਰਹਿੰਦੇ ਹੋ? ਭਗਤਪੁਰੇ। ਇੱਥੇ ਤੁਸੀਂ ਆਪਣਾ ਘਰ ਦਿਖਾਇਆ, ਛੱਤ ਤੁਹਾਡੀ ਗਿਰੀ ਹੋਈ ਆ। ਹਾਂਜੀ। ਤੁਸੀਂ ਦੱਸਦੇ ਪਏ ਵੀ ਅਸੀਂ ਫਾਰਮ ਭਰੇ ਹੋਏ ਆ। ਹਾਂਜੀ ਭਰੇ ਆ। ਇਹ ਕਦੋਂ ਦੇ? 3 ਸਾਲ ਹੋ ਗਏ ਭਰਿਆ ਨੂੰ। 3 ਸਾਲ ਤੋਂ ਉੱਪਰ ਹੀ ਟਾਈਮ ਹੋਣਾ, ਘੱਟ ਨਹੀਂ। ਐਮਸੀ ਕੋਣ ਆ ਤੁਹਾਡੇ ਤੇ? ਐਮਸੀ ਸਾਡਾ ਕੰਪੋਜ। ਤੇ ਕੀ ਕਿਹਾ ਜਾ ਰਿਹਾ? ਉਹ ਵੀ ਆਇਆ ਸੀ ਉਦੋਂ ਜਿੱਦਣ ਮੀਂਹ ਪੈਂਦਾ ਸੀ। ਮੀਂਹ ਪੈਂਦੇ 'ਚ ਉਹ ਫੋਟੋ ਖਿੱਚ ਕੇ ਸਿੱਧੀ ਚੰਡੀਗੜ੍ਹ ਉਹਨਾਂ ਭੇਜੀ ਵਿਚਾਰੇ ਨੇ, ਦੇਖ ਕੇ ਚਲੇ ਗਏ। ਚੰਡੀਗੜ੍ਹੋਂ ਆਏ ਨਹੀਂ ਕੋਈ ਵੀ। ਕਿੰਨੇ ਚਿਰ ਹੋ ਗਿਆ ਫੋਟੋ ਖਿੱਚ ਕੇ ਗਏ ਨੂੰ? ਮਹੀਨਾ ਤਾਂ ਹੋਈ ਚੱਲਾ। ਆ ਮੀਂਹ ਜਿਹੜਾ 3 ਦਿਨ ਪਿਆ ਸੀ ਪਿੱਛੇ। ਨਹੀਂ, ਫਾਰਮ ਤੁਸੀਂ ਜਦੋਂ ਭਰੇ ਉਹ ਕਦੋਂ ਭਰੇ ਸੀ? ਉਹ 3 ਸਾਲ ਹੋ ਗਏ। ਕੀ ਕਹਿ ਰਹੇ ਹੁਣ ਅਫਸਰ? ਕੀ ਕਹਿ ਰਹੇ? ਇਹੋ ਹੀ ਕਹਿੰਦੇ ਵੀ ਤੁਹਾਡੇ ਪੈਸੇ ਪਾਸ ਹੋ ਗਏ, ਹੁਣ ਕਾਗਜ਼ ਦਿਓ, ਫੇਰ ਦਿਓ। ਪਤਾ ਨਹੀਂ ਕਿੰਨੀ ਕੁ ਵਾਰ ਸਾਡੇ ਕੋਲ ਫਾਰਮ ਲੈ। ਤੁਹਾਡੇ ਮਹੱਲੇ ਭਗਤਪੁਰੇ ਦੇ ਵਿੱਚ ਕਿੰਨੇ ਕੁ ਪਰਿਵਾਰ ਆ ਜਿਨ੍ਹਾਂ ਨੇ ਭਰੇ ਹੋਏ ਆ ਫਾਰਮ? ਕਾਫੀ ਲੋਕਾਂ ਨੇ ਭਰੇ ਆ। ਅੱਜ ਇੱਕ ਤੁਹਾਡੇ ਹਾਦਸਾ ਵੀ ਹੋਇਆ ਗਵਾਂਢ 'ਚ। ਹਾਂਜੀ ਹੋਇਆ, ਔਰਤ ਮਰ ਗਈ ਭਈਏ ਦੀ ਘਰ ਵਾਲੀ। ਉੱਥੇ ਵੀ ਕੁਛ ਪਰਿਵਾਰ ਆਲੇ ਦੁਆਲੇ ਕਹਿ ਰਹੇ ਆ ਵੀ ਅਸੀਂ ਵੀ ਭਰੇ ਆ ਫਾਰਮ। ਹਾਂਜੀ ਭਰੇ, ਬਹੁਤ ਭਰੇ ਆ। ਇੱਧਰ ਸਾਡੇ ਚਵਾਰੇ 'ਚ ਭਰੇ ਆ, ਫਿਰ ਇੱਧਰ ਬਾਹਰ ਭਰੇ ਆ। ਹਜੇ ਕਿਸੇ ਮਿਲੇ ਨਹੀਂ ਕਿਸੇ ਨੂੰ ਬਾਹਰ। 4-5 ਘਰ ਆ। ਅਧਿਕਾਰੀ ਨਾਲ ਗੱਲ ਨਹੀਂ ਕੀਤੀ ਤੁਸੀਂ ਫਾਰਮ ਬਾਰੇ? ਅਸੀਂ ਕਿਸੇ ਨਾਲ ਵੀ ਨਹੀਂ ਕੀਤੀ। ਸਾਨੂੰ ਕਹਿੰਦੇ ਉੱਥੇ ਕਚਹਿਰੀ ਦੇ ਫੋਨ ਆਉਂਦਾ ਆ, ਫਾਰਮ ਦੇ ਆਓ। ਦੇ ਆ ਹੀ ਦੇ ਆ, ਭਰ ਕੇ 200 ਰੁਪਈਆ ਲੱਗ ਜਾ, 150 ਲੱਗ ਜਾ, 300 ਲੱਗ ਜਾ। ਐਮ ਸੀ ਕੀ ਕਹਿ ਰਹੇ ਤੁਹਾਨੂੰ ਹੁਣ? ਐਮ ਸੀ ਹੁਣ ਵੀ ਕਹਿੰਦੇ ਵੀ ਤੁਹਾਨੂੰ ਆ ਜਾਣਗੇ ਪੈਸੇ। ਸਾਨੂੰ ਉਦਣ ਕਹਿ ਕੇ ਗਏ ਸੀ ਵੀ ਜਿੱਦਣ ਆਣੇ ਤੁਹਾਨੂੰ ਪਹਿਲਾਂ ਪੈਸੇ ਤੁਹਾਡੇ ਆਣਗੇ। ਤੇ ਇਹ ਨਹੀਂ ਦੱਸਿਆ ਵੀ 3 ਸਾਲ ਹੋ ਗਏ ਨੇ, ਕਦੋਂ ਆਉਣ ਦੀ ਆਸ ਹੈਗੀ? ਇਦਾਂ ਨਹੀਂ ਦੱਸਿਆ ਕਹਿੰਦੇ ਹੁਣ। ਮੈਂ ਮਹਿੰਦਰ ਸਿੰਘ ਸਾਡਾ ਪੁੱਤਰ ਰੋਕਤਾ ਜੀ। ਮੈਂ ਆਪਣੇ ਮਹੱਲਾ ਭਗਤਪੁਰਾ ਰਹਿਣ ਵਾਲਾ ਵਾਸੀ ਹਾਂ ਸੁੱਕੇ ਪਾਤਸ਼ਾਹ ਜੀ। ਇਹ 40-45 ਸਾਲ ਤੋਂ ਇੱਥੇ ਰਹਿ ਰਿਹਾ ਹਾਂ। ਮਕਾਨ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ, ਇਸ ਕਰਕੇ ਮੈਂ ਗੌਰਮੈਂਟ ਦੇ ਕਾਗਜ਼ ਜਿਹੜੇ 2 ਸਾਲ ਤੋਂ ਭਰੇ ਹੋਏ ਹਨ ਉਹਨਾਂ ਵਾਸਤੇ ਹਾਲੇ ਤੁਸੀਂ ਕੁਛ ਨਹੀਂ ਕੀਤਾ, ਕੋਈ ਕਾਰਵਾਈ ਇਹਨਾਂ ਨੇ ਨਹੀਂ ਕੀਤੀ ਹੈਗੀ। ਸਾਡੇ ਸਾਹਮਣੇ ਬਿਲਕੁਲ ਇੱਕ ਮਕਾਨ ਹੈ, ਬਿਲਕੁਲ ਉਹ ਅੱਜ ਛੱਤ ਡਿੱਗਣ ਦੇ ਕਾਰਨ ਉਹਦੇ ਵਿੱਚ ਇੱਕ ਮੌਤ ਵੀ ਹੋ ਗਈ ਹੈ, 2 ਬੰਦੇ ਜ਼ਖਮੀ ਵੀ ਹੋ ਗਏ ਹਨ। ਮੈਂ ਉਹਨਾਂ ਵੱਲ ਦੇਖ ਕੇ ਆਪਣੇ ਆਪ ਨੂੰ ਬਹੁਤ ਮਹਿਸੂਸ ਕਰ ਰਿਹਾ ਹਾਂ ਕਿਸ ਤਰ੍ਹਾਂ ਹੋਏਗਾ, ਕਿੱਦਾਂ ਕੀਤਾ ਜਾਏਗਾ। ਮੈਨੂੰ ਸਰਕਾਰ ਬਾਰੇ ਹੱਥ ਜੋੜ ਕੇ ਬੇਨਤੀ ਹੈ ਵੀ ਮੇਰਾ ਵੀ ਇਸੇ ਤਰ੍ਹਾਂ ਮਤਲਬ ਇਹ ਚੀਜ਼ ਨਾ ਹੋਏਗੀ, ਮੇਰੇ ਨਾਲ ਵੀ ਇਹ ਵਾਕਿਆ ਹੋਵੇ ਤਾਂ ਹੀ ਤੁਸੀਂ ਮੇਰੇ ਵੱਲ ਦੇਖੋਗੇ। ਮੈਂ ਕਹਿੰਦਾ ਵੀ ਜਲਦੀ ਜਲਦੀ ਮੇਰਾ ਵੀ ਮਕਾਨ ਵਾ, ਮੈਨੂੰ ਜੋ ਵੀ ਤੁਸੀਂ ਕਰਜ਼ਾ ਕੋਈ ਦੇਣਾ ਜਾਂ ਲੈਣ ਦੇਣ ਕਰਨਾ, ਮੇਰੇ ਨਾਲ 1.5-2 ਲੱਖ ਦੀ ਸਕੀਮ ਜਿਹੜੀ ਚੱਲੀ ਹੋਈ ਸੀ ਉਹ ਮੈਨੂੰ ਜ਼ਰੂਰ ਦਿਓ। ਬਹੁਤ ਬਹੁਤ ਆਪਦਾ। ਕਿੰਨਾ ਟਾਈਮ ਹੋ ਗਿਆ ਮਹਿੰਦਰ ਜੀ? ਇਹ 2 ਸਾਲ ਤੋਂ ਉੱਪਰ ਹੋ ਗਿਆ ਜੀ। ਕਿਸੇ ਸਰਕਾਰੀ ਅਫਸਰ ਨੂੰ ਮਿਲੇ ਇਸ ਸੰਬੰਧ 'ਚ? ਮੈਂ ਜੀ ਆਪਣੇ ਐਮਸੀਆਂ ਨੂੰ ਮਿਲਦਾ ਜੀ, ਹੋਰ ਤਾਂ ਇਸ ਤੋਂ ਬਾਅਦ ਮੈਂ ਕਿਸੇ ਕੀ ਕਿਹਾ ਜਾ ਰਿਹਾ? ਉਹ ਬਸ ਇਹੀ ਕਹਿੰਦੇ ਆ ਗਿਆ ਜੀ, ਆ ਗਿਆ ਤੁਹਾਡਾ ਕੰਮ ਹੋਇਆ ਜੀ, ਹੋ ਗਿਆ ਬਸ, ਮੈਨੂੰ ਇੱਦਾਂ ਹੀ ਲਾਰੇ ਲਾਈ ਜਾਂਦੇ। ਪਾਸ ਹੋ ਚੁੱਕਾ ਉਹਦਾ? ਹਾਂਜੀ ਪਾਸ ਹੋ ਗਿਆ, ਸਭ ਕੁਝ ਹੋ ਗਿਆ ਜੀ। 2 ਵਾਰੀ ਪਾਸ ਹੋਇਆ ਜੀ, 1 ਵਾਰੀ ਵੀ ਨਹੀਂ, 2 ਵਾਰੀ ਪਾਸ ਹੋਇਆ ਤੁਹਾਨੂੰ। ਤੁਹਾਡੇ ਮਹੱਲੇ ਵਿੱਚ ਹੋਰ ਵੀ ਘਰ ਨੇ ਜਿਨ੍ਹਾਂ ਨੇ ਅਪਲਾਈ ਕੀਤਾ? ਹਾਂਜੀ ਇੱਥੇ ਮਹੱਲੇ 10-12 ਘਰ ਹੈਗੇ ਆ ਜੀ। ਕਿਸੇ ਨੂੰ ਮਿਲੇ ਵੈਸੇ? ਕਿਸੇ ਨੂੰ ਨਹੀਂ ਮਿਲੇ ਯਾਦ ਨਹੀਂ ਕੋਈ। ਤੇ ਐਮਸੀ ਵੱਲੋਂ ਕੀ ਕਿਹਾ ਜਾ ਰਿਹਾ? ਐਮਸੀ ਜਦੋਂ ਵੀ ਮੈਂ ਸਵੇਰੇ ਵੀ ਐਮਸੀ ਸਾਹਿਬ ਆਏ ਸੀ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ, ਮੈਂ ਆਪਣਾ ਫਿਰ ਇਸੇ ਤਰ੍ਹਾਂ ਸਾਰਿਆਂ ਨੂੰ ਦਿਖਾਇਆ। ਮੈਂ ਕਿਹਾ ਦੇਖੋ ਵੀ ਮੇਰੇ ਨਾਲ ਵੀ ਇਹ ਵਾਕਿਆ ਹੋਏਗਾ ਤਾਂ ਤਾਂ ਤੁਸੀਂ ਕੰਮ ਕਰੋਗੇ। ਤੇ ਉਹ ਕਹਿੰਦੇ ਨੇ ਫਿਕਰ ਨਾ ਕਰੋ, ਤੁਹਾਡੇ ਪੈਸੇ ਆਏ, ਮੈਂ ਅੱਜ ਹੀ ਜਾਣਾ ਵਾ। ਮੈਨੂੰ ਆਪਣੇ ਜਿਹੜੇ ਆਪਣੇ ਕੀ ਨਾ ਕੰਬੋਜ ਸਾਹਿਬ ਹੈਗੇ ਨਾ, ਆਪਣੇ ਮਹੱਲੇ ਦੇ ਐਮਸੀ ਪਰਮਜੀਤ ਕੌਰ, ਉਹ ਖੁਦ ਕਹਿ ਕੇ ਗਈ ਹੈ, ਕਹਿੰਦੀ ਕਹਿੰਦੀ ਤੁਸੀਂ ਫਿਕਰ ਨਾ ਕਰੋ ਤੁਹਾਡਾ, ਮੈਂ ਅੱਜੇ ਜਾ ਕੇ ਮੈਂ ਤੁਹਾਡਾ ਦੇਖ ਰਹੀ, ਮੈਨੂੰ ਇੱਥੇ ਤੱਕ ਵੀ ਲਾਰਾ ਹੁਣ ਲੱਗ ਗਈ ਹੈ ਜੀ। ਇਹ ਤੁਸੀਂ ਹਿਸਾਬ ਲਾ ਲਓ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹਨਾਂ ਗਰੀਬ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਜਾਂ ਫਿਰ ਪ੍ਰਸ਼ਾਸਨ ਦੁਬਾਰਾ ਕਿਸੇ ਅਜਿਹੇ ਹਾਦਸੇ ਦੀ ਉਡੀਕ ਕਰੇਗਾ। ਫਗਵਾੜਾ ਤੋਂ ਮਨੂ ਚਾਵਲਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।